ਡਿਫਰੈਂਟ ਸੇਂਗਨ ਦੇਖੋ ਇਹ ਤਾਂ ਕੋਈ ਨਵੀਂ ਮੋਲੀ ਆਈ ਜਿਸ ਨਾਲ ਮਾਰ ਖੋਰ ਨਹੀਂ ਹੁੰਦਾ ਲੱਗਣਾ ਮਾਰ ਖੋਰ ਨਹੀਂ ਕੋਈ ਨਸਲ ਵਿੱਚੋਂ ਨਾ ਬਾਬੇ ਮੰਗੋਲਾ ਨਹੀਂ ਕੋਈ ਨਸਲ ਆ ਫਿਰ ਇਹ ਮੋਲੀ ਆਈ ਹੈ ਜੀ ਉਹ ਇੱਕ ਤੱਕੋ ਜਿਸ ਨੇ ਸੇਂਗ ਵਾਹ ਇਹ ਮੋਨੀ ਆ ਗਈ ਜਨਾਬ ਕਲਾਈ ਖਾ ਰਹੀ ਹੈ ਚਲੋ ਬਸ ਠੀਕ ਹੋ ਗਿਆ ਇਹਨੂੰ ਹਾਂ ਉਹ ਮੁੱਲ ਖਾ ਰਹੇ ਹੋ ਬੇ ਪਾਕਿਸਤਾਨ ਸੁਪਰ ਰਿਚ ਕੰਟਰੀ ਹੈ ਗੱਲ ਸਿਰਫ ਇਹ ਆ ਕਰਪਸ਼ਨ ਬੇਬਾ ਹੈ ਇਹ ਮੁੱਕ ਜਾ ਇਸ ਮੁਲਕ ਚ ਇੱਥੇ ਯੂਰਪ ਕੈਨੇਡਾ ਕਿਹੜਾ ਇਸ ਨਾਲ ਪੁੱਜਣਾ ਲੁੱਟਮਾਰ ਰੁਕ ਜਾਏ ਪਹਿਲਾਂ ਨਹੀਂ ਨਹਿਮਤਾਂ ਬੇਬਾ ਮਟਨ ਹੀ ਮਟਨ ਦਾ ਗੋਸ਼ਤ ਹੀ ਗੋਸ਼ਤ ਲਟਕੇ ਆ ਇਹ ਰਵਾ ਤਾ ਕੋਈ ਆ ਜਾਓ ਆ ਜਾਓ ਆ ਜਾਓ ਇਸਨੇ ਸਿੰਘ ਤੱਕ ਕਰੀ ਖਾਣ ਲੱਗੀ ਹੈ ਕਰੀ ਮੁੱਛੀ ਆਉਂਦੀ ਹੈ ਹੈਲੋ ਹੈਲੋ ਪਿੱਛੇ ਹਟੋ ਪਿੱਛੇ ਲੈਟਸ ਗੋ ਲੈਟਸ ਗੋ ਸਾਡੀ ਇਸ ਤਰ੍ਹਾਂ ਕਰ ਦੇ ਜਿਹੜਾ ਬੱਕਰੀ ਸੁਣੀਆਂ ਬਕਰੋਟੀਆਂ ਚਾਹ ਨਹੀਂ ਕਿਹਾ ਪਹਿਲਾਂ ਜੇ ਬੱਕਰੀ ਉਹ ਟੁਰੀਆਂ ਨੇ ਜਨਾਬ ਪੂਰਾ ਅੱਧੇ ਘੰਟੇ ਨਹੀਂ ਲੱਗਦਾ ਵੀਡੀਓ ਬਣਨ ਲਈ ਹੈ ਮੈਂ ਤਾਂ ਆਖਿਆ ਜਿਹੜਾ ਖਤਮ ਹੋਣੀ ਹੈ ਤਾਂ ਵੀਡੀਓ ਮੁਕਾਉਣੀ ਫਿਰ ਪੈਰ ਚੁੱਕ ਕੇ ਰੱਖਾਂ ਇਹ ਉਸ ਪਹਾੜਾਂ ਦੇ ਵਿੱਚ ਮੁੱਟੀ ਜਾਂ ਪਰਲੇ ਨਾਲ ਯਾਰ ਇਹਨਾਂ ਲਈ ਸੌਦਾ ਕਰੀਏ ਤਾਂ ਯਾਰ ਆਹੋ ਫਿਰ ਕਿਆ ਬੰਦਾ ਬੋਲ ਚਲੋ ਕਰੋ ਸੌਦਾ ਵਾਹ ਐਸ ਐਸ ਸਿੰਘ ਤੱਕ ਇਧਰ ਹੀ ਝੂਠੀ ਹੈ ਐਸ ਐਸ ਸਿੰਘ ਖੁੱਲੇ ਬੱਕਰਾ ਇਹ ਜਨਾਬ
ਪਹਾੜੀ ਬੱਕਰੇ ਇਸ ਨੇ ਸਹੀ ਹਿਸਾਬ ਨਹੀਂ ਜਿਹੜਾ ਨਹੀਂ ਉਹਨਾਂ ਉਹ ਕਿਆ ਨਾ ਮਾਰ ਖੋਰ ਜਿਹਾ ਇਸ ਨੇ ਤਾਂ ਕੋਈ ਕਿੱਡੀ ਨਹੀਂ ਪੜੀ ਉਹ ਖਾ ਰਹੀ ਉਹ ਖਾ ਰਹੀ ਉਹ ਖਾ ਰਹੀ ਉਹ ਅੱਛਾ ਗਾਉਂ ਅੱਡ ਜਾਓ ਅੱਛਾ ਹੁਣ ਢਲਾਈ ਢਲਨੇ ਪਏ ਹੁਣ ਤਾਂ ਕੁਝ ਪਤਾ ਲੱਗਣਾ ਪਏ ਲਿਆਸ ਕੀ ਲੱਗਣਾ ਪਤਾ ਹੈ ਢਲਾਈ ਤਾਂ ਮਜ਼ਾ ਆਉਂਦਾ ਨਾ ਢਲਾਈ ਤਾਂ ਬੜਾ ਫਿੱਟ ਰਹਿੰਦਾ ਆਓ ਜਨਾਬ ਇਹ ਪਹਾੜ ਪੂਰਾ ਉਤਰਲਾ ਵੀ ਸਾਰਾ ਉਹ ਥੱਲੇ ਪਹਾੜ ਉਹ ਕਿਹੜੇ ਪਾਸੇ ਹੋ ਗਈ ਲਓ ਜੀ ਹਾਲੀ ਬੇਬਾਨ ਉਹ ਕਹਿ ਰਹੀ